बोले आसरी मर्द होंदा ना वो ऐसी करता है। अच्छा मतलब गुस्सा कर रहा है जे कोड़ी है ना वो कोड़ा। वीडियो सबसे पहले देखने के लिए चैनल को सब्सक्राइब करें, घंटी का बटन ऑल पे कर दें ताकि सभी नोटिफिकेशन आप तक सबसे पहले पहुंच जाए। धन्यवाद। तो सारे ही किसान वीरां नूं प्यार भरी सत श्री अकाल। किसान वीरों पहुंचे हुए हैं गुरुआं दी पवित्र धरती श्री मुक्तसर साहिब दी। तां देखा तुसी की कुछ हो रहा सी बाबा जी जिहड़े घोड़े ते सवार है, गल करांगे कि हो की रहा सी आखिर। बाबा जी की नाम है जी, किहड़ा पिंड है तुहाडा? अपना पिंड धौला जी, ते जिला बरनाला। मार दी तां नहीं है? नहीं मारदी नहीं जी। ठीक है, जिला बरनाले तो। अच्छा ओहदे कोले जा रहे सी है ना, की कर रहा सी ओह घोड़ा? ਉਹ ਕੋੜਾ ਨਾ ਗਰਮ ਆ, ਉਹ ਵੈਸੇ ਬਹੁਤ ਗਰਮ ਚੀਜ਼ ਆ, ਉਹ ਜਾਣ ਕੇ ਅਸੀਂ ਕਰਵਾ ਰਹੇ ਸੀ ਉਹਦੇ ਲਵੇ ਲਾ ਕੇ ਘੋੜੀ ਨੂੰ। ਹਾਂ ਅਸਲੀ ਮਰਦ ਹੁੰਦਾ ਨਾ ਉਹ ਐਸੀ ਕਰਦਾ ਹੈ। ਅੱਛਾ ਮਤਲਬ ਗੁੱਸਾ ਕਰ ਰਿਹਾ ਸੀ ਉਹ? ਜੇ ਘੋੜੀ ਹੈ ਨਾ ਉਹ ਘੋੜਾ। ਅੱਛਾ ਇਹ ਘੋੜੀ ਹੈ ਤੇ ਉਹ ਘੋੜਾ, ਤਾਂ ਕਰਕੇ ਇਸ ਤਰ੍ਹਾਂ ਕਰ ਰਿਹਾ ਹੈ। ਇੱਕ ਵਾਰੀ ਦਿਖਾਓਗੇ ਦੁਬਾਰਾ ਕਰਕੇ? ਮਾੜਾ ਜਿਹਾ ਦਿਖਾਇਓ ਮਾੜਾ ਜਿਹਾ ਇੱਕ ਵਾਰੀ, ਮੈਂ ਨਾ ਦਿਖਾਉਣ ਦੀ ਕੋਸ਼ਿਸ਼ ਕਰਦਾ। ਦੇਖੋ ਇਹ ਘੋੜੀ ਹੈ ਜੀ, ਉਹ ਘੋੜਾ, ਤੇ ਕਿਸ ਤਰ੍ਹਾਂ ਦੇ ਨਾਲ ਇਹ ਕੋਲੇ ਜਾਂਦੀ ਹੈ ਤਾਂ ਦੇਖੋ ਕਿਵੇਂ ਹੈ ਨਾ। ਇਹ ਘੋੜਾ ਜਿਹੜਾ ਕਰਦਾ ਦੇਖ ਸਕਦੇ ਤੁਸੀਂ, ਕਿ ਆਪਾਂ ਕਹੀਏ ਗੁੱਸਾ ਜਾਂ ਫਿਰ ਕੀ ਕਹੀਏ ਇਸਨੂੰ, ਜਿਵੇਂ ਘੋੜੀ ਕੋਲੇ ਜਾਂਦੀ ਹੈ ਤਾਂ ਰੋਹ ਹੈ ਜਿਹੜਾ ਉਹ ਆਪਦਾ ਇਹ ਘੋੜਾ ਮਾਰਨਾ ਸ਼ੁਰੂ ਕਰ ਜਾਂਦਾ। ਸੋ ਤੇ ਬਾਬਾ ਜੀ ਮੈਂ ਆ ਜਾ ਤੁਹਾਡੇ ਕੋਲੇ। अच्छा ये जिहड़ा तुहाडी घोड़ी देख रहे हैं ना, इहदे बारे भी चानना पा दिओ, किहड़ी नस्ल है, किस तरह की डिटेल है? मालवड़ी नस्ल है जी, ये लुधियाने वाले रैंबो घोड़े की जैड ब्लैक की है। घोड़ी भी जैड ब्लैक है, तो इसके ना थोड़ा जहा सट लगन कारण थोड़े जे चिट्टे वाल आ गए सी कुरते। अच्छा ये वाले हैं थले जे? बिल्कुल जैड ब्लैक है। अच्छा ये फिर सेल वास्ते नुमाइश वास्ते है जे? वैसे तो हम नुमाइश वास्ते लाए थे, वैसे सेल करी हुई है, 6 लाख रुपया। अच्छा बिक चुकी है? हैं जी, बिक गई है, इसका लगा हुआ है अभी। अच्छा, लगा हुआ है 6 लाख रुपए बता रहे हैं बाबा जी। तो बाबा जी जैसे, और वो भी आप ही का क्या अलग है? वो अपने बाबा जी का। वो केड़ा आ गया बाबा जी? वो तो ये तेलिया नस्ल है। तेलिया है? हाँ, मालवाड़ी तेलिया नस्ल। ओदी अंदाजन कितनी की कीमत होनी है? ओदी हैगी है जी 50,000 रुपया। 50,000 है? ਤੇ ਇਹਦਾ ਜੇ ਕੱਦ ਦੀ ਗੱਲ ਕਰੀਏ ਕਿੰਨਾ ਹੋਊਗਾ? ਇਹਦਾ ਕੱਦ ਹੈਗਾ ਜੀ 63 ਦੇ ਲਵੇ ਆ ਜੀ। 63 ਇੰਚ? ਤੇ ਕੋਈ ਸੂਆ ਵਗੈਰਾ ਜੀ? ਕੋਈ ਚੱਕਰੀ ਨਹੀਂ ਜੀ। ਪਹਿਲਾ ਸੂਆ ਜਾਂ ਦੂਜਾ? ਮਤਲਬ ਪਹਿਲੀ ਆ, ਹਲੇ ਇੱਕ ਬੱਚਾ ਹੋਇਆ ਜੀ ਇਹਦਾ, ਪਹਿਲੇ ਸੂਈ ਆ ਹਲੇ। ਪਹਿਲੇ ਸੂਏ ਸੂ ਗਈ ਹੈ, ਇੱਕ ਬੱਚਾ ਉਹਦਾ ਅਸੀਂ ਵੇਚਤਾ ਅੱਜ। ਅੱਛਾ ਜੇ ਉਮਰ ਦੀ ਗੱਲ ਕਰੀਏ ਹੈ ਨਾ, ਤਾਂ ਕਿੰਨੀ ਕੁ ਹੋ ਸਕਦੀ ਹੈ? ਇਸਦੀ ਉਮਰ 5 ਸਾਲ ਹੈ, ਇਸਕੇ ਬੱਚਾ 7 ਮਹੀਨੇ ਕਾ ਥਾ, ਇਸਕੇ ਬਰੋਬਰ ਕਾ ਹੋ ਚੁਕਾ। ਮਾਲਵਾੜੀ ਚ ਆ ਜਾਂਦਾ ਜੀ? ਮਾਲਵਾੜੀ ਚ ਆ। ਪਿਓਰ ਹੈ ਇਹ? ਪਿਓਰ ਹੈ ਜੀ। ਪਿਓਰ ਦੀ ਕਿਹੜੀ, ਜਿਵੇਂ ਆਪਾਂ ਕਹਿ ਦਿੰਦੇ ਆ ਨਾ ਵੀ ਕੰਨ ਕੁੰਨ ਜੇ ਹੋਣੇ ਚਾਹੀਦੇ, ਜਾਂ ਕੀ ਪਛਾਣ ਹੁੰਦੀ? 2 ਮਿੰਟ ਦੇਖ ਲਿਓ, ਪਛਾਣ ਤੋਂ ਪਤਾ ਲੱਗ ਜੂ ਕੰਨਾਂ ਤੋਂ ਜੀ। ਤੇ ਬਾਕੀ ਮਾਲਵਾੜੀ ਨਸਲ ਦੇ ਜਿਹੜੇ ਹੋਣਗੇ ਨਾ, ਉਹਦੇ ਕੇਸ ਬਹੁਤ ਲੰਬੇ ਹੋਣਗੇ, ਚੌਰ ਉਹਦਾ ਭਾਰੀ ਹੋਊਗਾ, ਇਹਦਾ ਚੌਰ ਬਹੁਤ ਭਾਰੀ ਆ, ਪੂਛ ਦੇਖੋ ਜੀ ਇਹਦੀ। ਇੱਕ ਵਾਰ ਪਿੱਛੇ ਜ਼ਰੂਰ ਆ ਕੇ ਥੋੜਾ ਜਿਹਾ ਪਿੱਛੇ ਹੋ ਕੇ, ਹੈਂ ਕਿਤੇ ਲੱਤ ਨਾ ਛੱਡ ਦੇ ਹੈਂ।
ਤੇ ਬਾਬਾ ਜੀ ਕਹਿ ਰਹੇ ਆ ਵੀ ਪੂਛ ਭਾਰੀ ਹੋਣੀ ਚਾਹੀਦੀ ਹੈ, ਹੈ ਇਹੀ ਹੁੰਦਾ? ਹਾਂਜੀ ਆ ਦੇਖੋ ਜੀ ਪੂਛ ਕਾਫੀ ਸ਼ਾਨਦਾਰ ਹੈ ਤੇ ਅੱਛਾ ਇਹ ਹੁਣ ਹੋਰ ਵੀ ਕੱਦ ਕਰ ਸਕਦੀ ਹੈ? ਕੱਦ ਅਭੀ ਤੋਂ ਨਹੀਂ ਹੁਣ ਕਰੇਗੀ ਜੇ ਅਭੀ ਤੋਂ ਇਹ ਸੂਪ ਹੀ ਹੈ ਨਾ ਤੋਂ ਬਾਅਦ ਖੜ ਜਾਂਦਾ ਕੱਦ ਤਾਂ ਬੱਚੇ ਵਾਲੀ ਹੋ ਗਈ ਜੇ। ਹੋਰ ਕੀ ਦੱਸ ਰਹੇ ਸੀ ਤੁਸੀਂ ਇਹਦੇ ਬਾਰੇ? ਇਹਦੇ ਇਹਦੀਆਂ ਸਾਰੀਆਂ ਭੌਰੀਆਂ ਹੁੰਦੀਆਂ ਨੇ ਜੀ ਉਹ ਸਹੀ ਹੋਣੀਆਂ ਚਾਹੀਦੀਆਂ ਨੇ। ਜਿਹੜੀ ਕੋਈ ਵੀ ਭੌਰੀ ਜਿਹਦੀ ਮੂਰ ਨੂੰ ਖੁੱਲਦੀ ਹੋਊਗੀ ਉਹ ਸਹੀ ਹੁੰਦਾ ਜਾਨਵਰ, ਜਿਹਦੀ ਪਿੱਛੇ ਨੂੰ ਖੁੱਲਦੀ ਹੋਊਗੀ ਉਹ ਸਹੀ ਨਹੀਂ ਹੁੰਦਾ। ਇਹਦੀ ਮਤਲਬ ਪਿੱਛੇ ਨੂੰ ਖੁੱਲਦੀ ਹੈ? ਇਹਦੀਆਂ ਅੱਗੇ ਨੂੰ ਖੁੱਲਦੀ, ਮਾਫ ਕਰਨਾ ਅੱਗੇ ਨੂੰ ਖੁੱਲਦੀ ਹੈ। ਤਾਂ ਜਿਵੇਂ ਆਹ ਦੇਖ ਰਹੇ ਆ ਵੀ ਭੌਰੀ ਹੈ? ਹਾਂਜੀ ਇਹ ਵੀ ਆਹ ਵੀ ਭੌਰੀ ਹੈ, ਇਹ ਅੱਗੇ ਨੂੰ ਖੁੱਲਦੀ ਹੈ ਜੀ। ਤੇ ਅੱਛਾ ਹੋਰ ਕਿੰਨੇ ਹੋਣਗੇ ਬਾਬਾ ਜੀ ਤੁਹਾਡੇ ਕੋਲ ਜਾਨਵਰ? ਸਾਡੇ ਲਵੇ ਜਾਨਵਰ ਹੈਗੇ ਨੇ ਤਕਰੀਬਨ 2-3 ਜਾਨਵਰ ਸੀ ਤੇ ਸਾਡੇ ਲਵੇ ਇੱਕੋ ਹੀ ਜਾਨਵਰ ਰਹਿ ਗਿਆ, ਸਾਰੇ ਸੇਲ ਕਰਤੇ। ਅੱਛਾ ਜਿਵੇਂ ਇਹਦੀ ਹੁਣ ਠੰਡ ਆ ਗਈ ਹੈ ਨਾ ਬਾਬਾ ਜੀ, ਜੇਕਰ ਕੋਈ ਲੈਂਦਾ ਤਾਂ ਕੋਈ ਵਿਸ਼ੇਸ਼ ਧਿਆਨ ਦੇਣ ਵਾਲੀਆਂ ਗੱਲਾਂ ਹੈਗੀਆਂ ਠੰਡ ਦੇ ਵਿੱਚ ਇਹਨੂੰ? ਹਾਂਜੀ ਪਹਿਲਾਂ ਧਿਆਨ ਦੇਣ ਵਾਲੀ ਆ, ਪਹਿਲਾਂ ਤੇ ਤਾਂ ਬਹੁਤ ਆਪਦੇ ਨਾਲੋਂ ਵੱਧ ਖਿਆਲ ਰੱਖਣਾ ਪੈਂਦਾ ਬੱਚੇ, ਜਿਵੇਂ ਆਪਾਂ ਬੱਚੇ ਦਾ ਖਿਆਲ ਰੱਖਦੇ ਨਾ ਬਿੰਦਕ ਬਾਅਦ ਵੀ ਕੱਪੜਾ ਗਿੱਲਾ ਨਾ ਹੋ ਗਿਆ ਹੋਵੇ ਸੁੱਕਾ, ਉਹ ਸਾਰਾ ਕੁਛ ਇਹਦੇ ਲਈ ਦੇਖਣਾ ਪੈਂਦਾ। ਤੇ ਬਾਬਾ ਜੀ ਜਿਵੇਂ ਡਾਇਟ ਪਲਾਨ ਆਮ ਦਿਨਾਂ ਦੇ ਵਿੱਚ ਚੱਲਦਾ, ਇਹਨਾਂ ਦਿਨਾਂ ਦੇ ਵਿੱਚ ਵੀ ਉਹੀ ਰਹਿੰਦਾ ਜਾਂ ਕੁਛ ਗਰਮ ਰੱਖਣ ਨੂੰ ਵੀ ਦਿੰਦੇ ਹੋ? ਗਰਮ ਰੱਖਣ ਲਈ ਇਹਨਾਂ ਨੂੰ ਮਸਾਲੇ ਦੇਣੇ ਪੈਂਦੇ ਆ ਜੀ, ਮਸਾਲੇ ਦੇਣੇ ਪੈਂਦੇ ਆ ਜੀ ਗਰਮ ਰੱਖਣ ਲਈ, ਮਸਾਲਾ ਹੁੰਦਾ ਜੀ, ਮਸਾਲੇ ਰਗੜ ਕੇ ਨਾ ਜਿਵੇਂ ਅਦਰਕ ਹੋ ਗਿਆ ਆਪਣਾ, ਲਸਣ ਹੋ ਗਿਆ, ਹੋਰ ਬਹੁਤ ਚੀਜ਼ਾਂ ਗਰਮ ਗਰਮ ਪੈਂਦੀਆਂ ਨੇ ਉਹਦੇ 'ਚ, ਉਹ ਚੀਜ਼ ਇਹਨੂੰ ਦੇਣੀ ਪੈਂਦੀ ਆ ਜੀ। ਤੇ ਹੁਣ ਇਹ ਕਦੋਂ ਤੱਕ ਦੁਬਾਰੇ ਜਿਵੇਂ ਹੀਟ ਦੀ ਗੱਲ ਕਰੀਏ ਹੈ ਨਾ, ਕਦੋਂ ਤੱਕ ਹੋ ਜਾਏਗੀ ਤਿਆਰ ਹੀਟ ਦੀ ਜੀ? ਹੀਟ ਤਕਰੀਬਨ ਮੰਨ ਕੇ ਚੱਲੋ 15 ਕੁ ਦਿਨ ਤਾਂ ਆਪਾਂ ਨੂੰ ਛੱਡਣੀ ਚਾਹੀਦੀ ਆ, ਅਤੇ ਜਦੋਂ ਬੱਚਾ ਵਧੀਆ ਹੋ ਜਾਏ ਨਾ 15-20 ਦਿਨ ਆਪਾਂ ਨੂੰ ਦੇਖਣਾ ਪੈਂਦਾ ਵੀ ਕਿਵੇਂ ਵੀ ਹਾਈਟ ਵੀ ਮੰਨ ਕੇ ਚੱਲੋ ਹੀਟ ਹੂਟ ਵਗੈਰਾ ਡਾਕਟਰ ਨੂੰ ਚੈੱਕ ਕਰਵਾ ਲਏ, ਵੈਸੇ ਤੋਂ ਪਹਿਲਾਂ ਤਾਂ ਪਤਾ ਹੀ ਲੱਗ ਜਾਂਦਾ ਆਪ ਨੂੰ ਹੀ ਪਤਾ ਲੱਗ ਜਾਂਦਾ, ਨਹੀਂ ਤਾਂ ਫਿਰ ਡਾਕਟਰ ਤੋਂ ਚੈੱਕ ਕਰਵਾ ਕੇ ਫਿਰ ਕਰਾਉਣੇ ਆ। ਬਾਬਾ ਜੀ ਮੈਂ ਨਾ ਇਹ ਪੁੱਛਣਾ ਚਾਹ ਰਿਹਾ ਸੀ ਜਿਵੇਂ ਆ ਪਹਿਲਾ ਸੂਆ ਦੇਤਾ ਹੈ ਨਾ ਇਹਨੇ ਤੁਹਾਡੇ ਕੋਲੇ, ਤੇ ਹੁਣ ਅਗਲਾ ਸੂਆ ਦੇਣ ਵਾਸਤੇ ਕਦੋਂ ਤੱਕ ਤਿਆਰ ਹੋਵੇਗੀ? ਤੇ ਉਹ ਤਾਂ ਡਾਕਟਰ ਸੇ ਪਤਾ ਕਰੇਗੇ ਨਾ, ਨਹੀਂ ਕੋਈ ਟਾਈਮ ਨਹੀਂ ਹੁੰਦਾ ਇਹਦਾ ਜਿਵੇਂ 6 ਮਹੀਨੇ ਬਾਅਦ ਸਾਲ ਬਾਅਦ ਇਸ ਤਰ੍ਹਾਂ ਨਹੀਂ? ਦੋ ਮਹੀਨਿਆਂ ਦੇ ਵਿੱਚ ਪਤਾ ਲੱਗ ਜਾਂਦਾ ਜੀ, 2 ਮਹੀਨੇ ਵਿੱਚ। ਤੇ ਜਿਵੇਂ ਬੱਚਾ ਜੇ ਆਪਣਾ ਇਹਦਾ ਬੱਚਾ ਜਦੋਂ ਹੁਣ ਆਪਾਂ ਭਰਾ ਵਾਲੀ ਬੱਚਾ ਦੇਤਾ ਫਿਰ ਕਿਹੜਾ 7 ਕੁ ਮਹੀਨੇ ਦਾ ਦੇਖਣਾ ਪੈਂਦਾ ਜੀ, ਜਿੰਨਾ ਟਾਈਮ ਬੱਚਾ ਦੁੱਧ ਚੁੰਘਦਾ 7-8 ਮਹੀਨੇ ਤਾਂ ਦੇਖੋ ਵਧੀਆ ਦੁੱਧ ਬਾਅਦ ਚੰਗਾਓ ਬੱਚੇ ਨੂੰ, ਕਿਉਂਕਿ ਉਹਦੀ ਸਿਹਤ ਵਧੀਆ ਰਹੂਗੀ ਬੱਚੇ ਦੀ। ਬਾਬਾ ਜੀ ਜਿਹੜੇ ਨਵੇਂ ਸਾਡੇ ਵੀਰ ਹੈ ਕਿਸਾਨ ਜਿਹੜਾ ਸੋਚਦੇ ਨੇ ਭਾਈ ਘੋੜੀ ਲੈ ਕੇ ਅਸੀਂ ਵੀ ਵਪਾਰ ਕਰੀਏ, ਤਾਂ ਹੈਗਾ ਇਹਦੇ 'ਚ ਕਮਾਈ ਵਗੈਰਾ ਲੱਗਦੀ ਹੈ ਤੁਹਾਨੂੰ ਕਿ ਨਹੀਂ? ਇਹਦੇ 'ਚ ਜੀ ਇਹਦਾ ਸ਼ੌਂਕ ਨੇ, ਆਪਾਂ ਕਮਾਈ ਵਾਸਤੇ ਨਹੀਂ ਰੱਖਦੇ ਜੀ, ਇਹਦਾ ਸ਼ੌਂਕ ਨੇ ਸਾਡੇ, ਸ਼ੌਂਕ ਵਾਸਤੇ ਕਿ ਸਾਨੂੰ ਵਧੀਆ ਲੱਗੇ ਤਾਂ ਅਸੀਂ ਲੈ ਵੀ ਲੈਂਦੇ ਹਾਂ, ਨਾ ਵਧੀਆ ਲੱਗਿਆ ਵੀ ਚੱਲ ਆਪਾਂ ਦੇਖ ਲਿਆ ਸ਼ੌਂਕ ਪਕਾ ਲਿਆ ਇਹਨੂੰ ਹੋਰ ਦੇ ਕੇ ਆਪਾਂ ਤੂੰ ਤਕੜਾ ਜਾਨਵਰ ਲਈਏ, ਸਾਨੂੰ ਤਕੜਾ ਲੈਣ ਤੱਕ ਉਮੀਦ ਰਹਿੰਦੀ ਆ ਵੀ ਅਸੀਂ ਇਦੂ ਵੀ ਤਕੜਾ ਜਾਨਵਰ ਰੱਖੀਏ। ਕਿਆ ਬਾਤ ਹੈ, ਸੋ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਤਾਂ ਬਹੁਤ ਸੋਹਣਾ ਜਿਹੜੀ ਘੋੜੀ ਹੈ ਬਾਬਾ ਜੀ ਦੀ ਤੇ ਜਾਣਕਾਰੀ ਤਾਂ ਤੁਸੀਂ ਦੇਖੀ ਹੈ, ਬਾਕਮਾਲ ਦਿੱਤੀ ਹੈ ਬਾਬਾ ਜੀ ਨੇ। ਤਾਂ ਮਕਸਦ ਇਹੀ ਹੁੰਦਾ ਕਿ ਤਜਰਬੇਕਾਰ ਜਿਹੜਾ ਵੀ ਲੋਕ ਨੇ ਉਹਨਾਂ ਦਾ ਤਜਰਬਾ ਤੁਹਾਡੇ ਤੱਕ ਪਹੁੰਚਾਈਏ। ਤਾਂ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ। ਜੇਕਰ ਪਹਿਲੀ ਵਾਰ ਚੈਨਲ 'ਤੇ ਵਿਜ਼ਿਟ ਕਰ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਓ, ਘੰਟੀ ਵਾਲਾ ਬਟਨ ਆਲ 'ਤੇ ਕਰ ਦਿਓ, ਕਿਉਂਕਿ ਇਸੇ ਤਰ੍ਹਾਂ ਦੀ ਨੌਲੇਜਫੁੱਲ ਅਤੇ ਮਜ਼ੇਦਾਰ ਵੀਡੀਓ ਅਸੀਂ ਹਰ ਦਿਨ ਅਪਲੋਡ ਕਰਦੇ ਹਾਂ ਆਪਣੇ ਚੈਨਲ 'ਤੇ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਨਵੀਂ ਵੀਡੀਓ ਨਵੀਂ ਜਾਣਕਾਰੀ ਦੇ ਨਾਲ। ਧੰਨਵਾਦ।